ਹੈਲੋ ਫਰੈਂਡਸ, ਮੈਂ ਰਚਨਾ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਰਚਨਾ ਕੋਚਿੰਗ ਕਲਾਸਿਸ ਤੇ। ਫਰੈਂਡਸ, ਅੱਜ ਦੀ ਕਲਾਸ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ ਇੰਡੀਅਨ ਪੋਲਿਟੀ ਦੀ ਕਲਾਸ ਨੰਬਰ 17, ਜਿਸ ਦੇ ਵਿੱਚ ਆਪਾਂ ਕਵਰ ਕਰਨ ਜਾ ਰਹੇ ਹਾਂ ਅਟਾਰਨੀ ਜਨਰਲ ਬਾਰੇ। ਸੋ ਆਓ ਵੀਡੀਓ ਨੂੰ ਸਟਾਰਟ ਕਰਦੇ ਹਾਂ। ਅਟਾਰਨੀ ਜਨਰਲ ਆਰਟੀਕਲ 76 ਦੇ ਵਿੱਚ ਲਿਖਿਆ ਗਿਆ ਹੈ। ਅਟਾਰਨੀ ਜਨਰਲ ਕੌਣ ਹੁੰਦਾ ਹੈ? ਹਾਈਐਸਟ ਲਾਅ ਆਫੀਸਰ, ਸਭ ਤੋਂ ਉੱਚਾ ਕਾਨੂੰਨ ਅਧਿਕਾਰੀ, ਐਡਵੋਕੇਟ ਆਫ ਜਨਰਲ ਗਵਰਨਮੈਂਟ, ਜਿਸਦਾ ਮਤਲਬ ਕੀ ਹੈ, ਕੇਂਦਰ ਸਰਕਾਰ ਦਾ ਵਕੀਲ ਹੁੰਦਾ ਹੈ। ਅਪੋਇੰਟਮੈਂਟ, ਅਪੋਇੰਟਮੈਂਟ ਕਿਵੇਂ ਹੁੰਦੀ ਹੈ? ਬਾਏ ਪ੍ਰੈਜ਼ੀਡੈਂਟ। ਐਲੀਜੀਬਿਲਿਟੀ, ਹੀ ਮਸਟ ਬੀ ਸਿਟੀਜ਼ਨ ਆਫ ਇੰਡੀਆ, ਇੰਡੀਆ ਦਾ ਸਿਟੀਜ਼ਨ ਹੋਣਾ ਚਾਹੀਦਾ ਹੈ। ਅ ਜੱਜ ਆਫ ਸਮ ਹਾਈ ਕੋਰਟ ਫੋਰ 5 ਈਅਰਸ, ਕਿਸੇ ਵੀ ਹਾਈ ਕੋਰਟ ਦਾ 5 ਸਾਲ ਦੇ ਲਈ ਜੱਜ ਹੋਣਾ ਚਾਹੀਦਾ ਹੈ। ਔਰ ਐਨ ਐਡਵੋਕੇਟ ਆਫ ਸਮ ਹਾਈ ਕੋਰਟ ਫੋਰ 10 ਈਅਰ, ਕਿਸੇ ਵੀ ਹਾਈ ਕੋਰਟ ਦੇ ਵਿੱਚ 10 ਸਾਲ ਲਈ ਵਕੀਲ ਹੋਣਾ ਚਾਹੀਦਾ ਹੈ। ਔਰ ਸ਼ੁੱਡ ਬੀ ਐਨ ਐਮੀਨੈਂਟ ਜਿਊਰਿਸਟ ਇਨ ਐਨ ਓਪੀਨੀਅਨ ਆਫ ਪ੍ਰੈਜ਼ੀਡੈਂਟ, ਪ੍ਰੈਜ਼ੀਡੈਂਟ ਦੀ ਨਿਗਾਹ ਦੇ ਵਿੱਚ ਕੀ ਹੋਣਾ ਚਾਹੀਦਾ, ਇੱਕ ਐਮੀਨੈਂਟ ਜਿਊਰਿਸਟ ਹੋਣਾ ਚਾਹੀਦਾ, ਇੱਕ ਉੱਘਾ ਸੈਲਾਨੀ ਹੋਣਾ ਚਾਹੀਦਾ। ਹੀ ਕੈਨ ਸਪੀਕ ਐਂਡ ਸਿਟ ਇਨ ਟੂ ਐਨੀ ਕੋਰਟ ਇਨ ਐਨੀ ਕੇਸ ਔਨ ਦਾ ਬਿਹਾਫ ਆਫ ਸੈਂਟਰਲ ਗੌਰਮੈਂਟ, ਸੈਂਟਰਲ ਗੌਰਮੈਂਟ ਦੇ ਬਿਹਾਫ ਤੇ ਉਹ ਕਿਸੇ ਵੀ ਕੋਰਟ ਦੇ ਵਿੱਚ ਕਿਸੇ ਵੀ ਕੇਸ ਦੇ ਵਿੱਚ ਬੈਠ ਸਕਦਾ ਅਤੇ ਬੋਲ ਸਕਦਾ। ਆਰਟੀਕਲ 88, ਹੀ ਸ਼ੈਲ ਹੈਵ ਦਾ ਰਾਈਟ ਟੂ ਸਪੀਕ ਇਨ ਐਂਡ ਅਦਰਵਾਈਜ਼ ਟੂ ਟੇਕ ਪਾਰਟ ਇਨ ਦਾ ਪ੍ਰੋਸੀਡਿੰਗ ਆਫ ਆਈਦਰ ਹਾਊਸ, ਐਨੀ ਜੁਆਇੰਟ ਸਿਟਿੰਗ ਆਫ ਦਾ ਹਾਊਸ, ਔਰ ਐਨੀ ਕਮੇਟੀ ਆਫ ਦਾ ਪਾਰਲੀਮੈਂਟ ਆਫ ਵਿਚ ਹੀ ਮੇ ਬੀ ਨੇਮਡ ਅ ਮੈਂਬਰ, ਬਟ ਸ਼ੈਲ ਨਾਟ ਬਾਈ ਵਰਜੂ ਆਫ ਦਿਸ ਆਰਟੀਕਲ ਬੀ ਐਂਟਾਈਟਲਡ ਟੂ ਵੋਟ। ਹੁਣ ਇਸਦਾ ਮਤਲਬ ਕੀ ਹੈ? ਇਸਦਾ ਮਤਲਬ ਕੀ ਹੈ ਕਿ ਉਹ ਲੋਕ ਸਭਾ ਜਾਂ ਰਾਜ ਸਭਾ ਜਾਂ ਦੋਨਾਂ ਦੀ ਕਿਸੇ ਵੀ ਬੈਠਕ ਦੇ ਵਿੱਚ ਬੈਠ ਸਕਦਾ, ਪਰ ਉਹ ਵੋਟ ਨਹੀਂ ਪਾ ਸਕਦਾ। ਇਸਦਾ ਸਿੰਪਲ ਸਿੰਪਲ ਮਤਲਬ ਇਹੀ ਹੈ ਕਿ ਲੋਕ ਸਭਾ ਜਾਂ ਰਾਜ ਸਭਾ ਜਾਂ ਦੋਨੋਂ ਕਿਸੇ ਵੀ ਬੈਠਕ ਦੇ ਵਿੱਚ ਬੈਠ ਸਕਦਾ ਪਰ ਵੋਟ ਨਹੀਂ ਪਾ ਸਕਦਾ। ਉਹ ਅਟਾਰਨੀ ਜਨਰਲ ਨੂੰ ਸਹੁੰ ਕੌਣ ਚੁਕਵਾਏਗਾ? ਪ੍ਰੈਜ਼ੀਡੈਂਟ। ਟੈਨਿਓਰ, ਕਿੰਨੀ ਦੇਰ ਦਾ ਕਾਰਜਕਾਲ ਹੈ, ਤਾਂ ਇਹ ਵੀ ਕੌਣ ਡਿਸਾਈਡ ਕਰੇਗਾ? ਪ੍ਰੈਜ਼ੀਡੈਂਟ। ਰਿਜ਼ਾਈਨ ਕੌਣ ਦਵਾਏਗਾ? ਪ੍ਰੈਜ਼ੀਡੈਂਟ। ਜੇਕਰ ਰਿਮੂਵ ਕਰਵਾਉਣਾ ਹੈ ਕਿਸੇ ਵੀ ਅਟਾਰਨੀ ਜਨਰਲ ਨੂੰ, ਤਾਂ ਬਾਏ ਪ੍ਰੈਜ਼ੀਡੈਂਟ। ਹੁਣ ਦੇਖੋ, ਮੈਂ ਫਸਟ ਅਟਾਰਨੀ ਜਨਰਲ ਲਿਖ ਦਿੱਤਾ ਹੈ ਕੌਣ ਸੀ। ਹੁਣ ਤੁਹਾਡਾ ਹੋਮਵਰਕ ਕੀ ਹੈ, ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖਣਾ ਹੈ ਕਿ ਕਰੰਟ ਅਟਾਰਨੀ ਜਨਰਲ ਕੌਣ ਹਨ। ਸੋ ਫਰੈਂਡਸ, ਅੱਜ ਦੀ ਕਲਾਸ ਦੇ ਵਿੱਚ ਆਪਾਂ ਕੀਤਾ ਅਟਾਰਨੀ ਜਨਰਲ ਬਾਰੇ। ਜੇਕਰ ਤੁਹਾਨੂੰ ਇਸ ਕਲਾਸ ਦੇ ਵਿੱਚ ਕੋਈ ਵੀ ਡਾਊਟ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਸੇਜ ਕਰ ਸਕਦੇ ਹੋ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰੋ, ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਲੱਗੇ ਬੈਲ ਆਈਕਨ ਨੂੰ ਵੀ ਆਨ ਕਰ ਦਿਓ। ਮਿਲਦੇ ਹਾਂ ਗਾਇਸ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।